ਉੱਥੇ ਬੈਠਾ ਬੈਠਾ ਮੈਨੂੰ ਕਹਿੰਦਾ ਕਹਿੰਦਾ ਬਾਈ ਆਪਦੇ ਇੱਕ ਤਰਫੇ ਪਿਆਰ ਦਾ ਸਫ਼ਰ ਸੁਣਾ। ਉਹ ਟੁੱਟਿਆ ਆਸ਼ਿਕ ਸੀ, ਮੈਂ ਉਹਨੂੰ ਹੋਰ ਨਹੀਂ ਸੀ ਤੋੜਨਾ ਚਾਹੁੰਦਾ। ਮੈਂ ਕਿਹਾ ਲੈ ਸੁਣ ਫਿਰ। ਦੂਰ ਸੀ ਮੈਂ ਇਹਨਾਂ ਚੱਕਰਾਂ ਤੋਂ, ਓਏ ਇਸ਼ਕ ਦੇ ਪਹਿਲੇ ਅੱਖਰਾਂ ਤੋਂ, ਐਵੀਂ ਤਾਂ ਮੌਜ ਨਾ ਚਾਹੁੰਦਾ ਸੀ। ਓਏ ਕੋਈ ਪਿਆਰ ਨਾ ਕਰਿਓ, ਇਹ ਗੱਲ ਸਭ ਨੂੰ ਸਮਝਾਉਂਦਾ ਸੀ। ਇਹ ਕੋਈ ਪਿਆਰ ਨਾ ਕਰਿਓ ਯਾਰ, ਇਹ ਗੱਲ ਮੈਂ ਸਭ ਨੂੰ ਸਮਝਾਉਂਦਾ ਸੀ। ਇਹ ਜਦ ਰੋਂਦੇ ਆਸ਼ਿਕ ਤੱਕਦਾ ਸੀ, ਮੈਂ ਮਨ ਦੇ ਵਿੱਚ ਹੀ ਹੱਸਦਾ ਸੀ। ਕਹਿੰਦਾ ਬਾਈ ਕਿਉਂ, ਇਹ ਰੋਣਾ ਉਮਰਾਂ ਦਾ ਕਹਿ ਕੋਈ ਸੱਚ ਗਿਆ। ਮੈਨੂੰ ਲੱਗਦਾ ਸੀ ਪ੍ਰਧਾਨ ਕੇ ਮੈਂ ਬਚ ਗਿਆ, ਮੈਨੂੰ ਲੱਗਦਾ ਸੀ ਉਸਤਾਦ ਕੇ ਮੈਂ ਬਚ ਗਿਆ। ਕਹਿੰਦਾ ਉਸਤਾਦ ਤੂੰ ਤਾਂ ਬਚ ਗਿਆ, ਫਿਰ ਤੈਨੂੰ ਮੁਹੱਬਤ ਹੋਈ ਕਦੋਂ? ਮੈਂ ਕਿਹਾ ਬਾਈ ਮਰਵਾਉਣਾ ਸੀ ਰੱਬ ਨੇ, ਉਹ ਪੈਦਾ ਅਰਮਾਨ ਕੀਤੇ, ਮੌਤ ਇਸ਼ਕ ਸੀ ਬਣ ਕੇ ਆਈ ਜਾਰੀ ਫਰਮਾਨ ਕੀਤੇ, ਮੌਤ ਇਸ਼ਕ ਬਣ ਕੇ ਆ ਗਈ ਤੇ ਉਹਨੇ ਜਾਰੀ ਫਰਮਾਨ ਕੀਤੇ। ਹੇਠੋਂ ਧਰਤੀ ਪੱਟੀ ਗਈ, ਉਹ ਜਦ ਮੈਂ ਉਹਨੂੰ ਤੱਕਿਆ ਸੀ ਕਿ ਬਸ ਕੱਲਾ ਸੱਜਣ ਹੀ ਦਿਖਦਾ ਸੀ, ਉਹ ਆਲੇ ਦੁਆਲੇ ਕੁਝ ਵੀ ਨਾ ਬਚਿਆ ਸੀ। ਮੈਨੂੰ ਤਾਂ ਸੱਜਣ ਹੀ ਦਿਖਦਾ ਸੀ, ਉਹ ਆਲੇ ਦੁਆਲੇ ਕੁਝ ਵੀ ਨਾ ਬਚਿਆ ਸੀ। ਫਿਰ ਕਾਬੂ ਵਿੱਚ ਰਹਿਣਾ ਵਸ ਤੋਂ ਬਾਹਰ ਹੋ ਗਿਆ। ਉਹ ਪਤਾ ਨਹੀਂ ਉਹ ਕੀ ਸੀ, ਪਰ ਮੇਰੇ ਯਾਰ ਮੈਨੂੰ ਕਹਿੰਦੇ ਸੀ ਕਿ ਤੈਨੂੰ ਪਿਆਰ ਹੋ ਗਿਆ। ਉਹ ਪਤਾ ਨਹੀਂ ਕੀ ਸੀ ਪ੍ਰਧਾਨ, ਪਰ ਮੇਰੇ ਯਾਰ ਮੈਨੂੰ ਕਹਿੰਦੇ ਸੀ ਉਹ ਤੈਨੂੰ ਪਿਆਰ ਹੋ ਗਿਆ। ਕਹਿੰਦਾ ਬਾਈ ਫਿਰ ਇਜ਼ਹਾਰ ਨਹੀਂ ਕੀਤਾ? ਮੈਂ ਕਿਹਾ ਅੱਗੇ ਤਾਂ ਸੁਣ, ਇੱਕ ਹੱਦ ਬੰਨਾ ਸੀ ਦੋਸਤੀ ਦਾ, ਉਹਨੂੰ ਪਾਰ ਮੈਂ ਕਿੱਦਾਂ ਕਰਦਾ? ਜਿੰਨਾ ਕੁ ਬੋਲਦੇ ਆ ਇਹ ਤੋਂ ਵੀ ਜਾਵਾਂਗੇ, ਇਜ਼ਹਾਰ ਮੈਂ ਕਿੱਦਾਂ ਕਰਦਾ? ਓਏ ਜਿੰਨਾ ਕੁ ਬੋਲਦੇ ਆ ਯਾਰ ਇਹ ਤੋਂ ਵੀ ਜਾਵਾਂਗੇ, ਮੈਂ ਇਜ਼ਹਾਰ ਕਿੱਦਾਂ ਕਰਦਾ? ਕੋਈ ਚੱਕਰ ਨਹੀਂ ਕਹਿਦੇ, ਇਹ ਖਿਆਲ ਬਗਾਵਤ ਕਰਦੇ ਹੀ ਹੁੰਦੇ ਆ, ਇੱਕ ਤਰਫੇ ਪਿਆਰ ਵਾਲੇ ਪ੍ਰਧਾਨ ਟੁੱਟਣ ਤੋਂ ਡਰਦੇ ਹੀ ਹੁੰਦੇ ਆ, ਇੱਕ ਤਰਫੇ ਪਿਆਰ ਵਾਲੇ ਯਾਰਾ ਟੁੱਟਣ ਤੋਂ ਡਰਦੇ ਹੀ ਹੁੰਦੇ ਆ। ਪਰ ਗੱਲਾਂ ਗੱਲਾਂ ਵਿੱਚ ਮੈਂ ਉਹਨੂੰ ਸਮਝਾਇਆ ਸੀ, ਸ਼ਾਇਦ ਗੱਲ ਉਹਦੇ ਤੱਕ ਪਹੁੰਚ ਹੀ ਗਈ ਹੋਣੀ ਆ। ਇਹਨੇ ਮੁਹੱਬਤ ਨੂੰ ਅਟਰੈਕਸ਼ਨ ਦੱਸਦਾ ਯਾਰਾ, ਉਹ ਕੁਛ ਨਾ ਕੁਛ ਤਾਂ ਸੋਚ ਹੀ ਗਈ ਹੋਣੀ ਆ। ਕਿ ਜਿਹਨੇ ਮੁਹੱਬਤ ਨੂੰ ਅਟਰੈਕਸ਼ਨ ਦੱਸਦਾ ਯਾਰਾ, ਉਹ ਕੁਛ ਨਾ ਕੁਛ ਤਾਂ ਸੋਚ ਹੀ ਗਈ ਹੋਣੀ ਆ। ਕਹਿੰਦਾ ਬਈ ਫਿਰ ਅੱਗੇ ਕੀ ਹੋਇਆ? ਮੈਂ ਕਿਹਾ ਅੱਗੇ ਉਹ ਦੌਰ ਸ਼ੁਰੂ ਹੋਇਆ ਜਿੱਥੇ ਦਰਦ ਤੇ ਜ਼ਵਾਦ ਦੋਵੇਂ ਇਕੱਠੇ ਹੀ ਆਉਂਦੇ ਨੇ। ਜੋ ਹੈ ਹੀ ਨਹੀਂ ਸੀ ਉਹ ਰਿਸ਼ਤਾ, ਬਈ ਅੱਗੇ ਕਿੱਦਾਂ ਤੋਰ ਹੋਣ? ਇਹ ਸਭ ਚਾਵਾਂ ਨੂੰ ਤੋੜ ਕੇ ਸਿੱਟਦਾ ਯਾਰਾ ਬੰਦੇ ਦਾ ਇਗਨੋਰ ਹੋਣਾ, ਸਭ ਚਾਵਾਂ ਨੂੰ ਤੋੜ ਕੇ ਸਿੱਟਦਾ ਬੰਦੇ ਦਾ ਇਗਨੋਰ ਹੋਣਾ। ਇਹ ਥੋੜਾ ਜਿਹਾ ਖੁਸ਼ ਤਾਂ ਕਰ ਦਿੰਦਾ, ਉਹਦਾ ਚੋਚੇ ਕਰਨ ਬੜਾ ਗੁੱਸਾ ਚੜਾਉਂਦਾ ਸੀ ਯਾਰਾ, ਉਹਦਾ ਜ਼ਿਕਰ ਹੋਰ ਕਿਸੇ ਦਾ ਕਰਨਾ ਬੜਾ ਗੁੱਸਾ ਆਉਂਦਾ ਸੀ ਜਦੋਂ ਉਹ ਕਿਸੇ ਹੋਰ ਦਾ ਜ਼ਿਕਰ ਕਰਦੀ ਸੀ। ਇਹ ਐਵੀਂ ਦਾਵਾ ਕਰ ਬੈਠੇ ਯਾਰਾ, ਐਵੀਂ ਦਾਵਾ ਕਰ ਬੈਠੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਹਿੰਦੀ ਤੂੰ ਮੇਰਾ ਕੀ ਲੱਗਦਾ ਹੋਏ, ਤੇਰਾ ਮੇਰੇ ਤੇ ਕੋਈ ਹੱਕ ਨਹੀਂ। ਕਹਿੰਦੀ ਤੂੰ ਮੇਰਾ ਕੀ ਲੱਗਦਾ ਹੋਏ, ਤੇਰਾ ਮੇਰੇ ਤੇ ਕੋਈ ਹੱਕ ਨਹੀਂ। ਕਹਿੰਦਾ ਉਸਤਾਦ ਹੁਣ ਕਿੱਦਾਂ ਰਹਿਣਾ ਤੂੰ? ਮੈਂ ਕਿਹਾ ਕੁਝ ਰਾਤਾਂ ਤਾਂ ਹੰਝੂ ਅੱਖ ਚੋਂ ਨਿੱਤ ਹੀ ਡੁੱਲਦਾ। ਬੰਦਾ ਜੋ ਮਰਜ਼ੀ ਕਹਿ ਦੇਵੇ ਪ੍ਰਧਾਨ, ਪਰ ਕਦੇ ਪਿਆਰ ਨਹੀਂ ਭੁੱਲਦਾ। ਕਿ ਬੰਦਾ ਜੋ ਮਰਜ਼ੀ ਕਹਿ ਦੇਵੇ ਯਾਰਾ, ਕਦੇ ਪਿਆਰ ਨਹੀਂ ਭੁੱਲਦਾ। ਕਿ ਵਿੱਕੀ ਸਿਆ ਸੋਹਣੀ ਲੰਘਣੀ ਸੀ ਜਿਹੜੀ, ਉਹਦੇ ਨਾਲ ਲੰਘਾਉਣੀ ਸੀ ਤਰੀ, ਜੇ ਕਿਤੇ ਮੇਰੀ ਹੋ ਜਾਂਦੀ ਤਾਂ ਅੱਜ ਜੀ ਜੀ ਕਰਦੀ ਹੋਣੀ ਸੀ। ਚੰਦਰੀ ਕਿਤੇ ਮੇਰੀ ਹੋ ਜਾਂਦੀ ਤਾਂ ਅੱਜ ਜੀ ਜੀ ਕਰਦੀ ਹੋਣੀ ਸੀ। ਕਮਲੇ ਹੱਕ ਵਾਲੀ ਕਲਮ ਨਾ ਕਿੰਨੇ ਜਜ਼ਬਾਤ ਕਹਿ ਗਿਆ। ਚੱਲ ਕੋਈ ਚੱਕਰ ਨੀ ਯਾਰਾ, ਜੇ ਇੱਕ ਤਰਫਾ ਹੀ ਪਿਆਰ ਰਹਿ ਗਿਆ। ਚੱਲ ਕੋਈ ਚੱਕਰ ਨੀ ਯਾਰਾ, ਜੇ ਇੱਕ ਤਰਫਾ ਹੀ ਪਿਆਰ ਰਹਿ ਗਿਆ। ਇੱਥੇ ਹਰ ਚੀਜ਼ ਦਾ ਆਪੋ ਆਪਣਾ ਸਵਾਦ ਆ ਬਾਈ। ਜਿਹੜੇ ਗਮਾਂ ਦੀ ਮਹਿਫਲ ਦੇ ਵਿੱਚ ਰਾਜੀ ਨੇ ਨਾ, ਉਹਨਾਂ ਨੂੰ ਗਮਾਂ ਦਾ ਸਵਾਦ ਆਉਂਦਾ। ਸਫ਼ਰ ਸ਼ਾਇਦ ਇੱਕ ਜਾਣੇ ਦਾ ਨਹੀਂ ਹੋਣਾ, ਬਹੁਤਿਆਂ ਦਾ ਹੋਊਗਾ ਨਾ। ਜਿਹਨਾਂ ਨੂੰ ਇੱਕ ਤਰਫਾ ਮੁਹੱਬਤ ਹੋਈ ਆ ਨਾ, ਤਾਂ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਸੱਜਣਾ ਤੱਕ ਪਹੁੰਚਾ ਸਕਦੇ ਹੋ ਤਾਂ ਜ਼ਰੂਰ ਪਹੁੰਚਾਇਓ, ਜੇ ਨਹੀਂ ਪਹੁੰਚਾ ਸਕਦੇ ਤਾਂ ਬਾਈ ਦੋ ਤਿੰਨ ਵਾਰ ਸੁਣ ਕੇ ਸਵਾਦ ਲਿਓ। ਵੀਡੀਓ ਦੀ ਕਿਹੜੀ ਲਾਈਨ ਤੁਹਾਨੂੰ ਸਾਰਿਆਂ ਨਾਲੋਂ ਘੈਂਟ ਲੱਗੀ ਆ, ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ। ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਤੇ ਕਰ ਲਿਓ ਫੋਲੋ। ਜਿਹੜਾ ਜਿਹੜਾ ਇੱਕ ਤਰਫਾ ਮੁਹੱਬਤ ਕਰਦਾ ਨਾ, ਉਹਨੂੰ ਮੇਰਾ